ਸਰਦਾਰ ਆਉਂਦੇ ਹੁੰਦੇ ਸੀ ਇੱਥੇ ਨਨਕਾਣੇ ਮੇਲੇ 'ਤੇ, ਔਰ ਉਹਨਾਂ ਨੇ ਫਿਰ ਖਾਸ ਕਰਨੀ ਕਿ ਅਸੀਂ ਚੱਕ ਚਾਰ ਦੇ ਰਹਿਣ ਵਾਲੇ ਹਾਂ, ਸਪੀਕਰ 'ਚ ਐਲਾਨ ਕਰਵਾਉਣਾ ਗੁਰਦੁਆਰੇ 'ਚ, ਹਾਂਜੀ, ਕੋਈ ਚੱਕ ਚਾਰ ਦਾ, ਕੋਈ ਚੱਕ ਛੇ ਦਾ, ਕੋਈ ਸੈਨੀਵਾਰ ਸੱਤ ਚੱਕ ਦਾ, ਹਾਂਜੀ, ਇਹਨਾਂ 'ਚੋਂ ਕੋਈ ਆਦਮੀ ਹੋਵੇ ਤਾਂ ਸਾਨੂੰ ਮਿਲੇ, ਸਾਨੂੰ ਮਿਲੇ। ਫਿਰ ਉਹਨਾਂ ਨੇ ਆਪਣੇ ਘਰ ਦੇਖਣੇ, ਘਰਾਂ ਦੇ ਕੇ ਰੋੜਾ ਜਾ ਕੇ, ਔਰ ਸਾਨੂੰ ਵੀ ਨਾਲ ਰੋੜ ਆਉਣਾ। ਮੰਦਰ ਜਿਹੜਾ ਉਹ ਦੇਖਣ ਵਾਲਾ ਸੀ ਸਰਦਾਰ ਜੀ, ਹਾਂਜੀ, ਦੂਰ ਜ਼ਰੂਰ ਇੱਕ ਦੂਸਰੇ ਤੋਂ ਹੋ ਗਏ, ਲੇਕਿਨ ਦਿਲ ਨਹੀਂ ਦੂਰ ਹੋਏ। ਪੰਜਾਬੀ ਪੰਚਾਰ ਦੇਖਣ ਵਾਲੇ ਸਾਰੇ ਰੰਬਰ ਵਰਗੇ ਸਰੋਤਿਆਂ ਨੂੰ ਗੁਰਚਰਨ ਸਿੰਘ ਬਰਮੈਤ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਅਸਲਾਮ ਅਲੈਕਮ। ਅੱਜ ਅਸੀਂ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੇ ਹਾਂ ਕਿ ਮੇਰੇ ਬਹੁਤ ਪੁਰਾਣੇ ਯਾਰ ਦੋਸਤ, ਜਿਹਨਾਂ ਨੂੰ ਕਿ ਮੈਂ ਪਿਆਰ ਦੇ ਨਾਲ ਮਾਸਟਰ ਜੀ ਕਹਿੰਦਾ, ਇਹ ਮਾਸਟਰ ਜੀ ਸੀਗੇ, ਮਾਸਟਰ ਰਸ਼ੀਦ ਜੀ, ਇਹਨਾਂ ਦੇ ਨਾਲ ਮੁਲਾਕਾਤ ਹੋਈ। ਇਹਨਾਂ ਨੇ ਬੜਾ ਜ਼ੋਰ ਪਾ ਕੇ ਆਪਣੇ ਘਰ ਦੇ ਵਿੱਚ ਲਿਆਂਦਾ। ਇਹਨਾਂ ਦੀ ਜਿਹੜੀ ਬੈਕਗਰਾਉਂਡ ਆ ਕਿ ਮੈਂ ਸੈਣੀ ਬਰਾਦਰੀ ਨੂੰ ਬਿਲੋਂਗ ਕਰਦਾ ਅਤੇ ਸੈਣੀ ਬਰਾਦਰੀ ਵਾਸਤੇ ਇੱਕ ਖੁਸ਼ਖਬਰੀ ਲੈ ਕੇ ਆਇਆ ਤੁਹਾਡੇ ਸਾਹਮਣੇ ਕਿ ਇੱਥੋਂ 15 ਕਿਲੋਮੀਟਰ ਨਨਕਾਣਾ ਸਾਹਿਬ ਤੋਂ ਸ਼ਾਹਕੋਟਾ ਵਾਲੀ ਰੋਡ ਦੇ ਉੱਤੇ 15 ਕਿਲੋਮੀਟਰ ਦੇ ਉੱਤੇ ਸੈਣੀ ਵਾਰ ਸ਼ੁਰੂ ਹੁੰਦੇ ਨੇ ਨਹਿਰ ਪਾਰ ਕਰਕੇ। ਹਾਂਜੀ, ਇੱਦਾਂ ਹੀ ਹੈ ਜੀ, ਨਹਿਰ ਪਾਰ ਕਰਕੇ, ਨਹਿਰ ਵੱਡੀ ਨਹਿਰ ਆ, ਉਹ ਕਈ ਦਫ਼ਾ ਪਹਾੜੀ ਆ, ਪਾਣੀ ਪਾਣੀ ਕਰ ਦਿੰਦੀ ਆ ਪਿੰਡਾਂ ਦੇ ਵਿੱਚ, ਬੜਾ ਮਸ਼ਹੂਰ ਨਹਿਰ ਸੀ ਜਿੱਥੇ ਕਿ ਉਸ ਤੋਂ ਬਾਅਦ ਚੱਕ ਸ਼ੁਰੂ ਹੁੰਦੇ ਨੇ, 7 ਚੱਕ, 8 ਚੱਕ, 4, 5, 6 ਚੱਕ, 1 ਚੱਕ ਤੋਂ ਲੈ ਕੇ 20 ਚੱਕ ਤੱਕ, 1 ਤੋਂ ਲੈ ਕੇ 20 ਚੱਕ ਤੱਕ ਜਿਹੜੇ ਕਿ ਸੈਣੀਆਂ ਦੇ ਪਿੰਡ ਹੁੰਦੇ ਸੀਗੇ, ਉਹਨਾਂ ਨੂੰ ਸੈਣੀ ਵਾਰ ਕਿਹਾ ਜਾਂਦਾ। ਹੁਣ ਅੱਜ ਦੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਸੈਣੀ ਵਾਰ ਕਿਹਾ ਜਾਂਦਾ। ਸੋ ਇਹ ਉੱਥੋਂ ਨੂੰ ਬਿਲੋਂਗ ਕਰਦੇ ਨੇ, ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅਤੇ ਮਾਸਟਰ ਜੀ, ਕਿਹੜਾ ਚੱਕ ਆ ਤੁਹਾਡਾ? ਸਾਡਾ ਜੀ ਚੱਕ 6, ਚੱਕ ਰਾਮਨਗਰ। ਰਾਮਨਗਰ, ਅੱਛਾ ਜੀ, ਚੱਕ 6। ਅਤੇ ਬਹੁਤ ਸਾਰੇ ਲੋਕ ਜਿਹੜੇ ਉੱਧਰ ਗਏ ਨੇ, ਹੁਸ਼ਿਆਰਪੁਰ ਅਤੇ ਆਪਣੇ ਜਲੰਧਰ ਦੇ ਇਲਾਕੇ ਦੇ ਜਿੰਨੇ ਵੀ ਸੈਣੀ ਪਰਿਵਾਰ ਸੀਗੇ, ਉਹ 7, 8 ਚੱਕ, 6 ਤੋਂ 4 ਤੋਂ ਜਾਂਦੇ ਨੇ। ਸੈਣੀਵਾਰ ਸਕੂਲ ਵੀ ਹੁੰਦਾ ਸੀ ਉੱਥੇ? ਸੈਣੀਵਾਰ ਸਕੂਲ ਸਾਡੇ ਇਲਾਕੇ ਦਾ ਇਹ ਸੈਣੀਵਾਰ ਹਾਈ ਸਕੂਲ ਸੀ, ਹਾਂਜੀ, ਲੇਕਿਨ ਮਾਈਗ੍ਰੇਸ਼ਨ ਤੋਂ ਬਾਅਦ ਇਹ ਮਿਡਲ ਹੋ ਗਿਆ 8ਵੀਂ ਤੱਕ। ਅੱਛਾ ਜੀ, ਉਹ ਪਹਿਲੇ 10ਵੀਂ ਤੱਕ ਹੁੰਦਾ ਸੀ, ਔਰ ਇਲਾਕੇ ਦਾ ਇਹ ਵਾਹਦ ਸਕੂਲ ਸੀ ਜਿੱਥੇ ਬੱਚੇ 10ਵੀਂ ਤੱਕ ਪੜ੍ਹਦੇ ਸੀ। ਅੱਛਾ ਜੀ, ਫਿਰ ਇਹ 8ਵੀਂ ਤੱਕ ਹੋ ਗਿਆ। ਅਸੀਂ ਇੱਥੇ ਵੀ ਤਾਲੀਮ ਜਿਹੜੀ ਆ ਆਪਣੀ 8ਵੀਂ ਤੱਕ ਲਈ ਹੈ ਉਸੇ ਸਕੂਲ 'ਚ, ਉਸੇ ਸਕੂਲ 'ਚ, ਸੈਣੀਵਾਰ 'ਚ। ਅੱਛਾ ਜੀ, ਔਰ ਸੈਣੀਵਾਰ ਤੋਂ ਬਾਅਦ ਫਿਰ 8 ਤੋਂ ਬਾਅਦ ਅਸੀਂ ਅੱਗੇ ਨੱਥੂ ਵਾਲਾ ਰਾਮ ਰਮਵਾਉਣਾ ਉਹਨੂੰ ਆਖਦੇ, ਨਹੀਂ ਪੋਲਾ ਚੱਕ ਵੀ ਨਹੀਂ ਸੀ ਸਕੂਲ, ਸਿਰਫ ਉਹ ਸੀ ਉਸ ਜ਼ਮਾਨੇ 'ਚ। ਅਤੇ ਉੱਥੋਂ ਫਿਰ ਮੈਟ੍ਰਿਕ ਕੀਤਾ ਸੀ, ਇੱਥੋਂ ਮਿਡਲ ਕੀਤਾ, ਬਾਅਦ ਵਿੱਚ ਫਿਰ ਗੌਰਮੈਂਟ ਨੇ ਇਹਨੂੰ ਫਿਰ ਦੁਬਾਰਾ ਮੈਟ੍ਰਿਕ ਤੱਕ ਕਰ ਦਿੱਤਾ ਸੀ। ਅੱਛਾ ਜੀ, ਹੁਣ ਉਹ ਹਾਈ ਸਕੂਲ ਸੈਣੀਵਾਰ ਉਹਨੂੰ ਕਹਿੰਦੇ ਆ, ਗੌਰਮੈਂਟ ਹਾਈ ਸਕੂਲ ਸੈਣੀਵਾਰ। ਨਾਂ ਬਦਲੀ ਹੋ ਗਈ, ਨਾਂ ਬਦਲੀ ਹੋ ਗਿਆ, ਉਹ ਨੇਚੁਰਲੀ ਆ, ਜਦ ਉਹ ਕਮਿਊਨਿਟੀ ਨਹੀਂ ਰਹੀ ਉੱਥੇ, ਹਾਂਜੀ, ਅਤੇ ਉਹ ਗੌਰਮੈਂਟ ਨੇ ਆਪਣੇ ਅੰਡਰ ਕਰ ਲਿਆ। ਔਰ ਬਹੁਤ ਪਿਆਰੀ ਬਿਲਡਿੰਗ ਉਹਦੀ, ਅੱਛਾ ਜੀ, ਬੜਾ ਅੱਛਾ ਸਕੂਲ। ਉੱਥੇ ਜਿਹੜੇ ਦਾਨ ਕਰਨ ਵਾਲੇ ਸਰਦਾਰ ਸੀ ਉਹਨਾਂ ਦੇ ਨਾਂ ਅਜੇ ਵੀ
ਤੁਹਾਨੂੰ ਯਾਦ ਨਹੀਂ ਕੁਛ ਸਰਦਾਰ? ਉੱਥੇ ਲਿਖਿਆ ਮੈਨੂੰ ਜ਼ੁਬਾਨੀ ਯਾਦ ਨਹੀਂ, ਤਖਤੀ ਲੱਗੀ ਆ ਜਿਹੜੇ ਮਹਾਨਾ ਚਾਂਦਾ ਦਿੰਦੇ ਹੁੰਦੇ ਸੀ, ਕੋਈ 100 ਰੁਪਇਆ ਕੋਈ 10 ਰੁਪਏ, ਉਸ ਜ਼ਮਾਨੇ ਦੇ 10 ਰੁਪਏ ਹਾਂਜੀ ਬਹੁਤ ਹੁੰਦੇ ਸੀ, ਤੁਹਾਨੂੰ ਪਤਾ ਹੀ ਹੈ ਕਿ ਅੱਜ ਕੀ ਕਰੰਸੀ ਬਿਲਟ ਕਰਨੇ। ਹਾਂਜੀ, ਉਹਦੀ ਬੜੀ ਅੱਛੀ ਬਿਲਡਿੰਗ ਬਣੀ ਸੀ, ਉਹਦੇ ਨਾਲ ਜ਼ਮੀਨ ਵੀ ਤਕਰੀਬਨ ਅੱਧਾ ਮਰਬਾ ਸੀ, ਫਿਰ ਉੱਥੇ ਡਿਸਪੈਂਸਰੀ ਸੀ ਉਹਦੇ ਨਾਲ ਜਿਹੜੀ ਅਜੇ ਵੀ ਹੈ। ਅੱਛਾ ਜੀ, ਅਤੇ ਹੁਣ ਵੀ ਸਾਰਾ ਇਲਾਕਾ ਉੱਥੋਂ ਪੜ੍ਹਦਾ ਹੁੰਦਾ ਸੀ, ਹੁਣ ਵੀ ਡਿਸਪੈਂਸਰੀ ਹੈ। ਅੱਛਾ ਜੀ, ਅਤੇ ਇਸ ਤੋਂ ਇਲਾਵਾ ਉੱਥੇ ਇੱਕ ਤਾਲਾਬ ਬਣਿਆ ਹੁੰਦਾ ਸੀ ਜਿੱਥੇ ਬੱਚੇ ਨਹਾਉਂਦੇ ਹੁੰਦੇ ਸੀ। ਅੱਛਾ, ਪੱਕਾ ਬਣਿਆ ਹੁੰਦਾ ਸੀ, ਉੱਥੇ ਅਸੀਂ ਦੇਖਦੇ ਰਹੇ ਕਿ ਪਾਣੀ ਨਾਲ ਭਰਿਆ ਰਹਿਣਾ ਅਤੇ ਉਹਦੇ ਨਹਾਉਣਾ ਬੱਚਿਆਂ ਨੇ ਉਹਦੇ ਵਿੱਚ, ਪਾਣੀ ਦੀ ਕਮੀ ਹੁੰਦੀ ਸੀ ਅਤੇ ਉਹ ਜਦੋਂ ਵੀ ਨਹਿਰ ਦਾ ਪਾਣੀ ਆਉਣਾ ਉਹ ਭਰ ਲੈਂਦੇ ਹੁੰਦੇ ਸੀ। ਠੀਕ, ਬੱਚਿਆਂ ਨੇ ਉੱਥੇ ਨਹਾਉਣਾ, ਪੜ੍ਹਨ ਜਾਣਾ ਆਉਣਾ, ਗਰਮੀ ਦਾ ਮੌਸਮ ਸੀ, ਉੱਥੋਂ ਆਪਣਾ ਮਜ਼ੇ ਨਾਲ ਪਾਣੀ ਪੀਣਾ ਨਾਲੇ ਨਹਾਉਣਾ, ਫਿਰ ਵਾਪਸ ਵੱਖਰਾ ਇੱਕ ਨਜ਼ਾਰਾ ਸੀ ਉਹ। ਕਿਆ ਕਹਿਣਾ ਜੀ। ਹਾਂਜੀ, ਇਸ ਤੋਂ ਬਾਅਦ ਫਿਰ ਤਰੱਕੀ ਹੋ ਗਈ ਇਸ ਇਲਾਕੇ ਨੂੰ, ਸੜਕਾਂ ਪੱਕੀਆਂ ਹੋ ਗਈਆਂ, ਪਹਿਲੇ ਕੱਚੀਆਂ ਹੁੰਦੀਆਂ ਸੀ। ਅਸੀਂ ਸ਼ਾਹਕੋਟ ਨਨਕਾਣਾ ਦੇ ਸੈਂਟਰ 'ਚ ਰਹਿੰਦੇ ਸੀ, ਇਹ ਸਾਡੇ ਪਿੰਡ ਜਿਹੜੇ ਸੀ ਸੈਣੀ ਬਾਰ। ਇੱਥੋਂ ਫਿਰ ਜਦੋਂ ਵੀ ਕੋਈ ਜ਼ਰੂਰਤ ਪੈਣੀ ਤਾਂ ਸਾਨੂੰ ਬੜੀ ਮੁਸ਼ਕਲ ਹੁੰਦੀ ਸੀ ਜਾਣ ਆਉਣ ਦੀ, ਫਿਰ ਸੜਕ ਪੱਕੀ ਬਣਨ ਦੇ ਨਾਲ ਇਹ ਸਾਡੇ ਮਸਲੇ ਹੱਲ ਹੋਏ ਕਾਫੀ ਹੱਦ ਤੱਕ, ਆਉਣਾ ਜਾਣਾ ਹੋ ਗਿਆ, ਫਿਰ ਬੱਸਾਂ ਚੱਲ ਪਈਆਂ ਨਨਕਾਣਾ ਸ਼ਾਹਕੋਟ, ਹੁਣ ਜ਼ਿਆਦਾ ਹੋਰ ਤਰੱਕੀ ਕਰ ਗਿਆ। ਸਰਦਾਰ ਆਉਂਦੇ ਹੁੰਦੇ ਸੀ ਇੱਥੇ ਨਨਕਾਣੇ ਮੇਲੇ 'ਤੇ, ਔਰ ਉਹਨਾਂ ਨੇ ਫਿਰ ਖਾਸ ਕਰਨੀ ਕਿ ਅਸੀਂ ਚੱਕ ਚਾਰ ਦੇ ਰਹਿਣ ਵਾਲੇ ਹਾਂ, ਸਪੀਕਰ 'ਚ ਐਲਾਨ ਕਰਵਾਉਣਾ ਗੁਰਦੁਆਰੇ 'ਚ, ਹਾਂਜੀ, ਕੋਈ ਚੱਕ 4 ਦਾ, ਕੋਈ ਚੱਕ 6 ਦਾ, ਕੋਈ ਸੈਣੀ ਬਾਰ 7 ਚੱਕ ਦਾ, ਹਾਂਜੀ, ਇਹਨਾਂ 'ਚੋਂ ਕੋਈ ਆਦਮੀ ਹੋਵੇ ਤਾਂ ਸਾਨੂੰ ਮਿਲੇ, ਸਾਨੂੰ ਮਿਲੇ, ਫਿਰ ਉਹਨਾਂ ਨੇ ਆਪਣੇ ਘਰ ਦੇਖਣੇ। ਹਾਂ, ਘਰਾਂ ਦੇ ਕੇ ਰੋੜਾ ਜਾ ਕੇ, ਔਰ ਸਾਨੂੰ ਵੀ ਨਾਲ ਰੋੜ ਆਉਣਾ, ਛੱਡ ਕੇ ਆਏ ਸੀ, ਕਿੰਨਾ ਪਿਆਰ ਸੀ। ਅਤੇ ਉਹ ਮੰਜ਼ਰ ਜਿਹੜਾ ਉਹ ਦੇਖਣ ਵਾਲਾ ਸੀ ਸਰਦਾਰ ਜੀ, ਹਾਂਜੀ, ਦੂਰ ਜ਼ਰੂਰ ਇੱਕ ਦੂਸਰੇ ਤੋਂ ਹੋ ਗਏ, ਲੇਕਿਨ ਦਿਲ ਨਹੀਂ ਦੂਰ ਹੋਏ, ਦਿਲ ਨਹੀਂ ਦੂਰ ਹੋਏ, ਦੇਸ਼ਾਂ ਦੀ ਵੰਡ ਹੋ ਗਈ, ਦਿਲ ਉੱਥੇ ਖੜੇ ਨੇ ਅੱਜ ਵੀ, ਅੱਜ ਵੀ ਉਹ ਜਿਹੜੀ ਚੀਜ਼ਾਂ ਨੇ ਅੱਖਾਂ ਦੇ ਸਾਹਮਣੇ ਆਉਂਦੀਆਂ ਅਤੇ ਦਿਲ ਰੋਂਦਾ 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 ਦਿਲ। ਉਹ ਤਾਂ ਜਿਹੜੇ ਉਹਨਾਂ ਨੇ ਜਿਹਨਾਂ ਨੇ ਛੱਡੇ ਸੀ ਘਰ ਆਪਣੇ, ਹਾਂਜੀ, ਉਹ ਤਾਂ ਉਹਨਾਂ ਦੀ ਤਾਂ ਹਾਲ ਦੇਖਣ ਵਾਲੀ ਹੁੰਦੀ ਸੀ, ਅਸੀਂ ਤਾਂ ਬੱਚੇ ਸੀ, ਮੈਂ 3 ਸਾਲ ਦਾ ਸੀ ਜਦੋਂ ਇਹ ਪਾਕਿਸਤਾਨ ਬਣਿਆ। ਅੱਛਾ ਜੀ, 3 ਸਾਲ ਦਾ ਸੀ, ਮੈਨੂੰ ਇਲਮ ਨੇ ਥੋੜ੍ਹਾ ਥੋੜ੍ਹਾ ਖਾਸ 3 ਸਾਲ ਦੇ ਬੱਚੇ ਨੂੰ ਕੀ ਪਤਾ, ਉਹ ਬਸ ਆਏ ਅਸੀਂ, ਸਾਡਾ ਵੀ ਦਿਲ ਕਰਦਾ ਸੀ ਵੀ ਅਸੀਂ ਵੀ ਜਾ ਕੇ ਦੇਖੀਏ ਆਪਣਾ ਇਲਾਕਾ, ਉਹ ਅਸੀਂ ਹੁਸ਼ਿਆਰਪੁਰ ਦੇ ਉੱਚੀ ਬਸੀ ਹੁਸ਼ਿਆਰਪੁਰ, ਅਸੀਂ ਉਸ ਜਗ੍ਹਾ 'ਤੇ ਰਹਿਣ ਵਾਲੇ ਸੀ ਬਸੀ ਤੋਂ। ਹਾਂਜੀ, ਅੱਛਾ ਜੀ, ਬਸੀਆਂ ਕਈ ਸੀ ਲੇਕਿਨ ਉੱਚੀ ਬਸੀ ਦੇ ਅਸੀਂ ਰਹਿਣ ਵਾਲੇ ਸੀ। ਅੱਛਾ, ਵਾਲਦੈਨ ਸਾਡੇ ਦੱਸਿਆ ਸਾਨੂੰ ਤਾਂ ਪਤਾ ਨਹੀਂ। ਹਾਂ, ਤੁਹਾਡਾ ਜਨਮ ਤਾਂ ਇੱਧਰ ਹੀ ਹੋਇਆ? ਨਹੀਂ, ਉੱਧਰ ਹੀ 3 ਸਾਲ ਦਾ ਸੀ ਮੈਂ ਜਦੋਂ। ਅੱਛਾ, ਉੱਧਰੋਂ? ਹਾਂਜੀ, ਉੱਥੋਂ ਹੋਏ। ਬਿਲਕੁਲ। ਹਾਂ ਹਾਂ, ਉਹ ਫਿਰ ਦਿਲ ਤਾਂ ਚਾਹੁੰਦਾ ਹੁੰਦਾ ਸੀ ਵੀ ਆਈਏ ਜਾਈਏ। ਠੀਕ, ਬਸ ਮੈਂ ਫਿਰ ਕੋਸ਼ਿਸ਼ ਕਰਦੀ, ਮੇਰੇ ਕੋਲ ਮੈਂ ਉੱਥੇ ਪੋਸਟ ਮਾਸਟਰ ਵੀ ਸੀ, ਸਕੂਲ ਵੀ ਪੜ੍ਹਾਉਂਦਾ ਸੀ, ਅਤੇ ਉਹ ਉੱਥੇ ਪੋਸਟ ਡਾਕ ਦੇ ਜ਼ਰੀਏ ਫਿਰ ਆਉਣਾ, ਉਦੋਂ ਕੁਛ ਉਰਦੂ ਲਿਖਣ ਵਾਲੇ ਹੈ ਸੀ ਸਰਦਾਰ। ਅੱਛਾ, ਪੜ੍ਹਨ ਵਾਲੇ ਵੀ ਸੀ। ਹਾਂ, ਜਿਹਨਾਂ 'ਚ ਇੱਕ ਫਕੀਰ ਸਿੰਘ ਸੀ। ਅੱਛਾ ਜੀ, ਬੁੱਲੋਵਾਲ ਦਾ ਅੱਛਾ, ਉਹਨੇ ਖਾਲੂਵਾਲ ਬੁੱਲੋਵਾਲ ਕਿਹਾ। ਹਾਂਜੀ ਹਾਂਜੀ,
ਉਹਨਾਂ ਨੇ ਫਿਰ ਖੱਤ ਲਿਖਿਆ ਉੱਥੋਂ ਕਿ ਇਹ ਫਲਾਨੇ ਬੰਦੇ ਨੂੰ ਮਿਲੇ, ਫਲਾਨੇ ਨੂੰ ਮਿਲੇ, ਫਲਾਨੇ ਅਗਰ ਕੋਈ ਨਹੀਂ ਇਹਨਾਂ 'ਚ ਹੋਇਆ ਤਾਂ ਫਿਰ ਪੋਸਟ ਮਾਸਟਰ ਜਿਹੜਾ ਉਹਨੂੰ ਮਿਲੇ। ਅੱਛਾ ਜੀ। ਮੈਂ ਚੂੰਕਿ ਪੋਸਟ ਮਾਸਟਰ ਸੀ, ਮੈਂ ਫਿਰ ਖੋਲ੍ਹ ਲਿਆ ਉਹਨੂੰ। ਹਾਂ, ਉਹਨਾਂ ਬੰਦੇ ਨੂੰ ਵੀ ਮੈਂ ਇਤਲਾਵਾਂ ਦਿੱਤੀਆਂ। ਅੱਛਾ। ਵੀ ਫਕੀਰ ਸਿੰਘ ਆ ਰਹੇ ਇੱਥੇ ਨਨਕਾਣੇ, ਅਤੇ ਅਗਰ ਤੁਸੀਂ ਮੁਲਾਕਾਤ ਕਰਨੀ ਚਾਹੁੰਦੇ ਹੋ ਤਾਂ ਉੱਥੇ ਚਲੇ ਜਾਇਓ। ਅੱਛਾ। ਅਤੇ ਫਿਰ ਮੈਂ ਤਾਂ ਆਇਆ ਇੱਥੇ ਆਣ ਕੇ, ਉਹਨਾਂ ਸਪੀਕਰ 'ਚ ਐਲਾਨ ਕਰਾਇਆ ਕੋਈ ਚੱਕ 6 ਤੋਂ ਕੋਈ ਆਇਆ ਬੰਦਾ ਤਾਂ ਉਹ ਦੱਸੋ। ਮੈਂ ਫਿਰ ਖੱਤ ਉਹਨਾਂ ਨੂੰ ਜਵਾਬ ਦਿੱਤਾ ਸੀ। ਅੱਛਾ। ਲਿਖ ਕੇ ਦਿੱਤਾ ਸੀ ਕਿ ਰਿਟਰਨ ਕਿ ਮੈਂ ਪਹੁੰਚਾਂਗਾ। ਫਿਰ ਉਹਨਾਂ ਨੂੰ ਮੇਰੇ ਨਾਂ ਦਾ ਵੀ ਪਤਾ ਸੀ। ਹਾਂਜੀ। ਉਹਨਾਂ ਨੇ ਫਿਰ ਇੱਥੇ ਐਲਾਨ ਕਰਾਇਆ ਕਿ ਮਾਸਟਰ ਰਸ਼ੀਦ ਅਗਰ ਆਏ ਨੇ ਤਾਂ ਮੈਨੂੰ ਇਸ ਜਗ੍ਹਾ 'ਤੇ ਮਿਲਣ। ਅੱਛਾ। ਮੈਂ ਫਿਰ ਉਹਨਾਂ ਨੂੰ ਮਿਲਿਆ। ਮਿਲੇ ਸੀ ਫਿਰ ਉਹਨਾਂ ਨੇ? ਹਾਂਜੀ, ਇੱਥੇ ਨਨਕਾਣਾ ਸਾਹਿਬ ਮਿਲੇ। ਨਨਕਾਣਾ ਸਾਹਿਬ ਮਿਲੇ, ਉਹਨੇ ਸਾਡੀ ਮੁਲਾਕਾਤ ਪਹਿਲੀ ਹੋਈ। ਫਿਰ ਉਹਨਾਂ ਨੇ ਖਾਹਿਸ਼ਦਾਰ ਕੀਤੀ ਕਿ ਮੈਂ ਤੁਹਾਡਾ ਪਿੰਡ ਦੇਖਣਾ ਆ, ਆਪਣਾ ਪਿੰਡ ਦੇਖਣਾ। ਚੱਕ 6 ਫਿਰ ਮੈਂ ਉਹਨਾਂ ਨੂੰ ਲੈ ਕੇ ਗਿਆ ਆਪਣੀ ਬਾਈਕ ਦੇ ਉੱਤੇ। ਉੱਥੇ ਜਾ ਕੇ ਫਿਰ ਉਹਨਾਂ ਨੇ ਸਾਰੇ ਬਾਜ਼ਾਰ ਦੇਖੇ। ਫਿਰ ਉਹਨਾਂ ਨੇ ਕਿਹਾ ਵੀ ਘਰ ਦੇਖਿਆ ਵੀ ਮੇਰਾ ਘਰ ਜਿੱਥੇ ਗਿਆ ਉਹ ਦੱਸੋ। ਫਿਰ ਕਹਿਣ ਲੱਗੇ ਇੱਥੇ ਕਿ ਮੈਂ ਬਦਾਮਾਂ ਦੀ ਇੱਕ ਬੋਰੀ ਰੱਖ ਕੇ ਗਿਆ ਸੀ, ਉਹ ਇੱਕ ਕੋਠੜੀ ਸੀ, ਉਹ ਕਿੱਥੇ ਆ? ਉਹ ਫਿਰ ਘਰ ਵਾਲਿਆਂ ਦਿਖਾਈ। ਅੱਛਾ। ਕਿ ਇਹ ਸੀ? ਫਿਰ ਕਹਿ ਲੱਗੇ ਬਿਲਕੁਲ ਹੈ। ਬੜੇ ਰੋਏ ਸਰਦਾਰ ਜੀ, ਉਹ ਫਿਰ ਬੜਾ ਉਹਨਾਂ ਨੂੰ ਦੁੱਖ ਹੋਇਆ। ਲਓ ਜੀ, ਦੁੱਖਾਂ ਦੇ ਨਾਲ ਭਰੀਆਂ ਹੋਈਆਂ ਜ਼ਿੰਦਗੀਆਂ ਜਿਹੜੀਆਂ ਮਾਸਟਰ ਰਸ਼ੀਦ ਜੀ ਆਪ ਜੀ ਦੇ ਨਾਲ ਸਾਂਝੀ ਕਰ ਰਹੀਆਂ ਨੇ। ਮੇਰਾ ਵੀ ਮਨ ਭਰ ਆਇਆ ਅਤੇ ਉਹ ਯਾਦਾਂ ਜਿਹੜੀਆਂ ਸਰਦਾਰਾਂ ਦੇ ਨਾਲ ਗੁਜ਼ਾਰੀਆਂ ਹੋਈਆਂ ਟਾਈਮ। ਮਾਸਟਰ ਜੀ ਦੱਸ ਰਹੇ ਨੇ ਕਿ ਸੈਣੀ ਵਾਰਡ ਦੇ ਵਿੱਚ 6 ਚੱਕ ਦੇ ਵਿੱਚ ਆਲੋਵਾਲ ਬੁੱਲੋਵਾਲ ਤੋਂ ਬੁੱਲੋਵਾਲ ਪਿੰਡ ਤੋਂ ਫਕੀਰ ਸਿੰਘ ਜੀ, ਹਾਂਜੀ ਫਕੀਰ ਸਿੰਘ ਜੀ ਆਏ। ਉਹ ਆਪਣਾ ਜਾ ਕੇ ਦੇਖਦੇ ਨੇ, ਕੋਠੜੀਆਂ ਦੇਖਦੇ ਨੇ, ਉਹਨਾਂ ਦਰਾ ਘਰਾਂ ਦੇ ਦਰਵਾਜ਼ਿਆਂ ਨੂੰ ਜਾ ਕੇ ਚੁੰਮਦੇ ਨੇ। ਅੱਜ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਦਰਵਾਜ਼ੇ ਉਹ ਛੱਡ ਕੇ ਗਏ ਸੀ, ਜਿਹੜੇ ਦਰਦ ਉਹ ਛੱਡ ਕੇ ਗਏ ਸੀ, ਉਸੇ ਤਰ੍ਹਾਂ ਮੌਜੂਦ ਆ। ਅਸੀਂ ਤੁਸੀਂ ਕੁਛ ਕਹਿਣਾ ਚਾਹੁੰਦੇ ਹਾਂ ਕਿ ਉਹ ਯਾਰ ਦੋਸਤ ਜੇ ਕੋਈ ਸੁਣਦਾ ਹੋਵੇ, ਲੱਭਦਾ ਹੋਵੇ, ਸੈਣੀ ਵਾਰਦਾ ਹੋਵੇ, ਉਹ ਨਨਕਾਣਾ ਸਾਹਿਬ ਆਵੇ ਅਤੇ ਸਾਨੂੰ ਆ ਕੇ ਮਿਲ ਸਕਦਾ, ਅਸੀਂ ਉਹਨਾਂ ਨੂੰ ਦਿਖਾ ਸਕਦੇ ਹਾਂ? ਬਿਲਕੁਲ ਜੀ, ਤੁਸੀਂ ਮੈਂ ਹਾਜ਼ਰ ਹਾਂ। ਮੇਰੇ ਕੋਲ ਇੰਗਲੈਂਡ ਚਲੇ ਗਏ ਸੀ ਕੋਈ ਉਹ ਸਰਦਾਰ, ਉਹਨਾਂ ਦੀ ਬੀਵੀ, ਉਹਨਾਂ ਨੇ ਵੀ ਇਸੇ ਤਰ੍ਹਾਂ ਹੀ ਉੱਥੇ ਮੈਂ ਆਪਣੇ ਪਿੰਡ ਬਾਹਰ ਹੀ ਸੜਕ 'ਤੇ ਖੜ੍ਹਾ ਸੀ ਅਤੇ ਉਹ ਆਏ ਨੇ ਸਰਦਾਰ ਜੀ ਆਪਣੀ ਗੱਡੀ 'ਤੇ। ਤੂੰ ਕਹਿਣ ਲੱਗੇ ਕਿ ਮੈਂ ਇਹਦਾ ਇਹ ਪਿੰਡ ਆ, ਅੱਜ ਕੱਲ੍ਹ ਮੈਂ ਲੰਡਨ 'ਚ ਰਹਿੰਦਾ ਹਾਂ। ਅੱਛਾ ਜੀ। ਅਤੇ ਮੈਨੂੰ ਨਾਂ ਹੁਣ ਭੁੱਲ ਗਿਆ ਉਹਨਾਂ ਦਾ। ਉਹ ਦੋ ਮੀਆਂ ਵੀ ਫਿਰ ਮੈਨੂੰ ਕਹਿਣ ਲੱਗੇ ਵੀ ਜ਼ਰਾ ਦਿਖਾਓ, ਕਿਸੇ ਨੂੰ ਦੇਖਦੇ ਸੀ ਉਹ ਕਹਿਣ ਲੱਗੇ ਇਸ ਬੰਦੇ ਦੇ ਨਾਲ ਇਹ ਸਰਦਾਰ ਜੀ ਆਉਂਦੇ ਹੁੰਦੇ ਇੱਥੇ, ਲਓ ਇਤਫਾਕ ਨਾਲ ਹੀ ਇਹ ਆ ਗਏ ਆ। ਠੀਕ। ਫਿਰ ਮੈਨੂੰ ਉਹਨਾਂ ਨੇ ਫਿਰ ਮਿਲਾਇਆ, ਮੈਂ ਉਹਨਾਂ ਨੂੰ ਵੀ ਉਹਨਾਂ ਦਾ ਘਰ ਦਿਖਾਇਆ, ਸਾਰੇ ਪਿੰਡ 'ਚ ਫਿਰਾਇਆ। ਅੱਛਾ ਜੀ। ਹਾਂਜੀ, ਇਤਫਾਕ ਐਸਾ ਹੋਇਆ ਕਿ ਜਦੋਂ ਫਕੀਰ ਸਿੰਘ ਬੁੱਲੋ ਵਾਲੇ ਆਏ ਨੇ, ਕਹਿੰਦੇ ਕਿ ਮੈਂ ਸਾਰਾ ਪਿੰਡ ਤਾਂ ਦੇਖ ਲਿਆ, ਹੁਣ ਮੈਂ ਆਪਣੀ ਜ਼ਮੀਨ ਦੇਖਣੀ ਆ। ਹਾਂ। ਉਹ ਮੇਰੇ ਨਾਲ ਫਿਰ ਜ਼ਮੀਨ ਵੇਖਣ ਗਏ। ਉਹ ਜਿਹੜੀ ਉਹਨਾਂ ਦੀ ਜ਼ਮੀਨ ਸੀ ਉੱਥੇ ਮੈਂ ਉਹ ਜ਼ਮੀਨ ਲਈ ਸੀ ਹੁਣ। ਓਏ ਹੋਏ ਹੋਏ। ਉਹਦੇ ਵਿੱਚ ਬਾਗ ਲਾਇਆ ਸੀ ਕਿੰਨੋਂ ਦਾ। ਅੱਛਾ। ਉਹਨਾਂ ਨੂੰ ਫਿਰ ਤੁਰਨ ਲੱਗਿਆ ਉੱਥੇ, ਬੜੇ ਖੁਸ਼ ਹੋਏ ਕਿੰਨੋਂ ਦਾ, ਮੈਂ ਬੋਰਾ ਭਰ ਕੇ ਦਿੱਤਾ, ਮੈਂ ਹੈ ਲਓ ਆਪਣੇ ਸੱਜਣ ਨੇ ਕਿਹਾ ਵੀ ਸਾਡੀ ਜ਼ਮੀਨ ਦਾ ਹੈ, ਆਪਣੇ ਆਪਣੇ ਖੇਤਾਂ ਦੇ। ਬਈ ਬਹੁਤ ਹੀ ਖੁਸ਼ ਹੋਏ, ਮੈਨੂੰ ਜੱਫੀਆਂ ਪਾ ਪਾ ਕੇ ਇੰਨੇ ਖੁਸ਼ ਹੋਏ, ਕਹਿੰਦੇ ਮੈਨੂੰ ਅੱਜ ਸਾਰਾ ਮੇਰਾ ਨਕਸ਼ਾ ਜਿਹੜਾ ਪਿਛਲਾ ਸੀ ਉਹ ਸਾਹਮਣੇ ਆ ਗਿਆ। ਹਾਂਜੀ। ਅਤੇ ਮੈਨੂੰ ਇਹ ਖੁਸ਼ੀ ਹੋਈ ਆ ਵੀ ਚਲੋ ਇੱਕ ਅੱਛੇ ਬੰਦੇ ਕੋਲ ਸਾਡੀ ਇਹ ਜ਼ਮੀਨ ਹੈ। ਦੁਨੀਆ 'ਤੇ ਅੱਛੇ ਬੰਦੇ, ਉਹ ਅਸੀਂ ਫਲ ਵੀ ਆਪਣੀ ਜ਼ਮੀਨ ਦਾ ਜਾ ਕੇ ਖਾ ਲਿਆ,
ਇੰਨਿਆਂ ਸਾਲਾਂ ਬਾਅਦ ਦੇਖੋ ਜੀ ਬੜੀ ਪੇਨ ਸੀਗੀ 47 ਦੇ ਉਜੜੇ ਹੋਏ ਜਿਹੜੇ ਆ ਕੇ ਇੱਕ ਦਰਦ ਭਰੀਆਂ ਆਵਾਜ਼ਾਂ ਜਿਹੜੀਆਂ ਕਿ ਹਜੇ ਤੱਕ ਵੀ ਹੁੱਕਾਂ ਨਿਕਲਦੀਆਂ ਦਿਲਾਂ ਦੇ ਵਿੱਚੋਂ ਅਤੇ ਇੱਕ ਪੁਰਾਤਨ ਜਿਹੜੇ ਲੋਕ ਨੇ ਉਹ ਹੀ ਕਰ ਸਕਦੇ ਨੇ, ਆਉਣ ਵਾਲੀ ਜਨਰੇਸ਼ਨ ਨੂੰ ਉਹਦੇ ਬਾਰੇ ਕੁਛ ਨਹੀਂ ਪਤਾ ਲੱਗੇਗਾ ਕਿਉਂਕਿ ਆਲਮੋਸਟ 3 ਸੈਂਚਰੀਆਂ 100 ਸਾਲ ਤੱਕ ਪਹੁੰਚਣ ਵਾਲਾ ਹੈਗਾ, 72-73 ਸਾਲ ਹੋ ਗਏ ਆ ਅਤੇ ਭੁੱਲ ਜਾਂਦਾ ਉਦੋਂ ਦੇ ਜੰਮੇ ਬੱਚਿਆਂ ਨੂੰ, ਉਂਝੇ ਨਹੀਂ ਅੱਜ ਕੱਲ੍ਹ ਤਾਂ ਖੁਰਾਕਾਂ ਇਹੋ ਜਿਹੀਆਂ ਮਾਸਟਰ ਜੀ ਕਿ 60 ਸਾਲ ਤੋਂ ਭੁੱਲਣ ਲੱਗ ਪੈਂਦੀ ਹੈ ਗੱਲ, ਹੈ ਨਾ, ਅਤੇ ਐਨਕਾਂ ਲਾ ਕੇ ਰੱਖ ਦਿੰਦਾ ਆਦਮੀ ਲੱਭਦਾ ਫਿਰਦਾ ਐਨਕ ਕਿੱਥੇ ਗਈ ਮੇਰੀ, ਅਤੇ ਤੁਹਾਡੇ ਬਹੁਤ ਬਹੁਤ ਤੁਸੀਂ ਫਿਰ ਵੀ ਕਿੰਨੀਆਂ ਯਾਦਾਂ ਲੈ ਕੇ ਬੈਠੇ ਹੋ ਅਤੇ ਉਹਨਾਂ ਸੱਜਣਾਂ ਨੂੰ ਅਸੀਂ ਸੁਨੇਹਾ ਦੇਣਾ ਚਾਹੁੰਦੇ ਹਾਂ, ਪੰਜਾਬੀ ਪ੍ਰਚਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਰਿਕਾਰਡਿੰਗ ਕੀਤੀ ਆ, ਇਹ ਸੁਨੇਹਾ ਅਸੀਂ ਉਹਨਾਂ ਤੱਕ ਪਹੁੰਚਾਉਂਦੇ ਹਾਂ। ਆਪਾਂ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਕਿਉਂਕਿ ਵੀਡੀਓ ਲੰਮੀ ਹੋ ਜਾਂਦੀ ਆ, ਇਹ ਵੀਡੀਓ 47 ਨੂੰ ਬਿਲੋਂਗ ਕਰਦੀ ਆ, ਮਾਸਟਰ ਸ਼ੀਰ ਜੀ ਉਹਨਾਂ ਨੇ ਆਪਣਾ ਐਕਸਪੀਰੀਅੰਸ ਦੱਸਿਆ ਉਹਨਾਂ ਤੱਕ ਅਸੀਂ ਇਹ ਸੁਨੇਹਾ ਪਹੁੰਚਾਉਂਦੇ ਹਾਂ। ਅਗਰ ਤੁਸੀਂ ਹੁਸ਼ਿਆਰਪੁਰ ਇਲਾਕੇ ਦਾ ਕੋਈ ਵੀ ਆਵੇ, ਨਨਕਾਣਾ ਸਾਹਿਬ ਮਾਸਟਰ ਜੀ ਨਨਕਾਣਾ ਸਾਹਿਬ ਦੇ ਵਿੱਚ ਰਹਿੰਦੇ ਆ, ਇਹਨਾਂ ਦਾ ਨੰਬਰ ਵੀ ਆਪਾਂ ਦੇ ਸਕਦੇ ਹਾਂ, ਪੰਜਾਬੀ ਪੰਛਾੜ ਦੇ ਵੀਡੀਓ ਦੇਖੋ ਤੁਸੀਂ, ਕਮੈਂਟ ਲਿਖੋ ਅਤੇ ਤਾਂ ਕਿ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ, ਉਹਨਾਂ ਲੋਕਾਂ ਤੱਕ ਪਹੁੰਚੇ ਜਿਹੜੇ ਲੋਕ ਵਿਛੜੇ ਨੇ, ਅੱਜ ਵੀ ਉਹ ਤਰਸ ਰਹੇ ਨੇ ਆਪਣੇ ਘਰਾਂ ਨੂੰ ਦੇਖਣ ਵਾਸਤੇ, ਤਾਂ ਕਿ ਉਹ ਆ ਸਕਣ, ਆਪਣਾ ਮਨ ਦੀਆਂ ਜਿਹੜੀਆਂ ਹਵਾਵਾਂ ਨੇ ਉਹਨਾਂ ਦਿਲ ਨੂੰ ਠੰਡਾ ਕਰ ਲੈਣ। ਸੋ ਇੱਥੇ ਹੀ ਆਪਾਂ ਫਤਿਹ ਬੁਲਾਉਂਦੇ।